ਬਾਜੀ ਪਹਿਲਾ ਤਾਂ ਇਹ ਸਵਾਲ ਹੈ ਕਿ 2013 ਵਿੱਚ ਤੁਹਾਡਾ ਗਾਇਵ ਆ ਤੁਹਾਡਾ ਫੇਵਰਿਟ ਗੀਤ ਕਿਹੜਾ ਹੈ ਅ 2013 ਚ ਮੇਰੀ ਐਲਬਮ ਆਈ ਸੀ ਪੰਜਾਬੀ ਡੋਜ਼ ਉਹਦੇ ਵਿੱਚ ਇੱਕ ਗੀਤ ਹੈ ਜੱਟ ਦੇਸੀ ਜਿਹੜਾ ਮੇਰੇ ਦਿਲ ਦੇ ਬਹੁਤ ਹੀ ਨੇੜੇ ਆ ਕਿਉਂਕਿ ਮੈਨੂੰ ਲੱਗਦਾ ਕਿ ਵੈਸੇ ਵੀ ਉਹ ਗਾਣਾ ਮੈਂ ਕੁਝ ਕੁਛ ਉਦਾਂ ਦਾ ਹੀ ਆ ਜਿਹੋ ਜਿਹਾ ਉਹ ਗੀਤ ਸੀਗਾ ਸੋ ਉਹਦੀਆਂ ਕੁਝ ਲਾਈਨਾਂ ਮੈਂ ਸਾਰਿਆਂ ਲਈ ਕਿਉਂਕਿ ਸਾਰਿਆਂ ਨੇ ਬੜਾ ਪਸੰਦ ਕੀਤਾ ਉਹ ਗਾਣਾ ਨੀ ਤੂੰ ਕੁੜੀਆਂ ਸ਼ਹਿਰਾਂ ਦੀ ਤੇ ਪਿੰਡ ਧੁੱਪ ਪੈਂਦੀ ਕਹਿਰਾਾਂ ਦੀ ਨੀ ਤੂੰ ਸੌਂਦੀ ਗੱਦਿਆਂ ਤੇ ਤੇ ਅਸੀਂ ਮੰਜਾਬਾਣ ਦਾ ਢਾਣਾ ਜੱਟ ਦੇ ਸੀਨਾ ਲੈਕ ਤੇਰੇ ਨੀ ਕੋਈ ਲੱਭ ਲੈ ਹੋਰ ਟਿਕਾਣਾ ਸਾਡੀਆਂ ਢੋਰਾ ਕੱਚੀਆਂ ਨੇ ਸਾਥੋਂ ਉੱਡਿਆ ਤਾਂ ਨਹੀਂ ਜਾਣਾ ਜੱਟ ਦੇ ਸੀਨਾ ਲੈਕ ਤੇਰੇ ਨਹੀਂ ਕੋਈ ਲੱਬ ਲੈ ਹੋਰ ਟਿਕਾਣਾ ਅੱਛਾ ਭਾਜੀ ਐਦਾਂ ਕਿ ਇਹ ਤਾਂ ਤੁਹਾਡਾ ਗੀਤ ਹੋ ਗਿਆ ਤੁਹਾ ਤੋਂ ਇਲਾਵਾ ਤੁਹਾਨੂੰ ਕਿਸੇ ਹੋਰ ਦਾ ਗਾਇਆ ਹੋਇਆ ਜਿਹੜਾ ਤੁਹਾਨੂੰ ਬਹੁਤ ਪਸੰਦ ਆਇਆ ਹਾਂ ਕਾਫੀ ਗਾਣੇ ਖੈਰ ਮੈਂ ਕਿਉਂਕਿ ਸਾਰਿਆਂ ਨੂੰ ਸੁਣਦਾ ਔਰ ਮੈਨੂੰ ਕਾਫੀ ਗੀਤ ਇਹੋ ਜਿਹੇ ਹੁੰਦੇ ਆ ਜਿਹੜੇ ਚੰਗੇ ਲੱਗਦੇ ਆ ਬਟ 2013 ਚ ਮੈਂ ਇੱਕ ਗਾਣਾ ਸੁਣਿਆ ਜਿਹੜਾ ਮੇਰੇ ਮਤਲਬ ਦਿਲ ਨੂੰ ਟੱਚ ਕੀਤਾ ਸਿੱਧਾ ਕਿਉਂਕਿ ਮੈਂ ਮੈਨੂੰ ਲੱਗਦਾ ਕਿ ਜਿਹੜੇ ਵੀ ਬੰਦੇ ਨੇ ਪੰਜਾਬ 'ਚ ਜਨਮ ਲਿਆ ਉਹ ਸਾਰਿਆਂ ਦੀ ਇਹ ਇੱਛਾ ਹੋਊਗੀ ਜਿੱਦਾਂ ਦਾ ਉਹ ਗੀਤ ਆ ਸੋ ਮੈਨੂੰ ਬਹੁਤ ਪਸੰਦ ਆ ਕੁਲਵਿੰਦਰ ਬਿੱਲੇ ਹੋਰਾਂ ਨੇ ਉਹ ਗਾਇਆ ਸੋ ਉਹਨਾਂ ਉਹਦੀਆਂ ਮੈਂ ਦੋ ਲਾਈਨਾਂ ਉਹਨੂੰ ਵੈਸੇ ਤਾਂ ਉਹਨਾਂ ਨੇ ਬਹੁਤ ਸੋਹਣਾ ਗਾਇਆ ਪਰ ਮੈਂ ਵੀ ਕੋਸ਼ਿਸ਼ ਕਰਦਾ ਤੇ ਮੇਰੇ ਦਿਲ ਦੇ ਬਹੁਤ ਹੀ ਨੇੜੇ ਆ ਔਰ ਬਹੁਤ ਚੰਗਾ ਲੱਗਿਆ ਮੈਨੂੰ ਉਹ ਗਾਣਾ ਹੈ ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜਦ ਦੁਨੀਆਂ ਤੋਂ ਜਾਵਾਂ ਮੋੜ ਫੇਰ ਦੁਬਾਰਾ ਆਵਾਂ ਬਸ ਰੱਬ ਤੋਂ ਇਹੋ ਚਾਹਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਇੱਕ ਖੱਟੀ ਤੇ ਇੱਕ ਮਿੱਠੀ ਯਾਦ ਹੋ ਜਾ 2013 ਦੀ 2013 ਚ ਇੱਕ ਤਾਂ ਜਿਹੜੀ ਸਭ ਤੋਂ ਵਧੀਆ ਗੱਲ ਹੋਈ ਆ ਜੋ ਮੈਂ ਇੱਕ ਫਿਲਮ ਕੀਤੀ ਆ ਹੁਣੇ ਮੋਗਾ ਟੂ ਮੈਲਬੌਰਨ ਤੇ ਲੋ ਕੰਮ ਹੁੰਦੇ ਰਹਿੰਦੇ ਆ ਸ਼ੂਟਿੰਗ ਚ ਚੱਲਦੀਆਂ ਰਹਿੰਦੀਆਂ ਬਟ ਉਸ ਫਿਲਮ ਦੇ ਮੈਂ ਸਮਝਦਾ ਉਸ ਫਿਲਮ ਨੇ ਮੈਨੂੰ ਬਹੁਤ ਚੰਗੇ ਦੋ ਦੋਸਤ ਦਿੱਤੇ ਆ ਜਿਹੜੇ ਉਸ ਫਿਲਮ ਚ ਮੇਰੇ ਨਾਲ ਕੰਮ ਕਰ ਰਹੇ ਆ ਭਗਵੰਤ ਮਾਨ ਔਰ ਹਰਜੀਤ ਹਰਮਨ ਸੋ ਅਸੀਂ ਮੈਨੂੰ ਲੱਗਦਾ ਕਿ ਪੂਰੀ ਜ਼ਿੰਦਗੀ ਲਈ ਇੰਨੇ ਅੱਛੇ ਅਸੀਂ ਦੋਸਤ ਬਣ ਚੁੱਕੇ ਆ ਸੋ ਬਹੁਤ ਹੀ ਵਧੀਆ ਇਨਸਾਨ ਨੇ ਸੋ ਇਹ ਮੈਂ ਸਮਝਦਾ ਇੱਕ 2013 ਦਾ ਮੈਨੂੰ ਗਿਫਟ ਹੈ ਕਿ ਕਿਉਂਕਿ ਦੋਸਤ ਚੰਗੇ ਦੋਸਤ ਲੱਭਣੇ ਬਹੁਤ ਔਖੇ ਆ ਸੋ ਬਹੁਤ ਵਧੀਆ ਦੋਸਤ ਮੈਨੂੰ ਜਿਹੜੇ ਇਸ ਫਿਲਮ ਦੇ ਜ਼ਰੀਏ ਮਿਲੇ ਆ ਤੇ ਭਾਜੀ ਤੁਸੀਂ ਕੋਈ ਰੈਜ਼ੋਲੂਸ਼ਨ ਸੈੱਟ ਕੀਤਾ 2014 ਵਾਸਤੇ ਅ 2014 ਦੇ ਵਿੱਚ ਕਾਫੀ ਪਲੈਨਿੰਗਸ ਨੇ ਕਿਉਂਕਿ ਹੁਣ 24 ਘੰਟੇ 뮤직 ਤੇ ਬਾਰੇ ਸੋਚਦੇ ਆਂ ਔਰ ਕੋਸ਼ਿਸ਼ ਕਰੀਦੀ ਆ ਕੁਛ ਨਾ ਕੁਛ ਨਵਾਂ ਆਪਣੇ ਚਾਉਣ ਵਾਲਿਆਂ ਦੇ ਨਾਲ ਲਈ ਜਿਹੜੇ ਇੰਨਾ ਪਿਆਰ ਕਰਦੇ ਆ ਇੰਨੀ ਮੁਹੱਬਤ ਕਰਦੇ ਆ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਦਿੰਦੇ ਰਹੀਏ ਸੋ ਇੱਕ ਤਾਂ ਜਿਹੜੀ ਆਪਾਂ ਫਿਲਮ ਦਾ ਹੁਣੇ ਜ਼ਿਕਰ ਕਰਕੇ ਹਟੇ ਆ ਮੋਗਾ ਟੂ ਮੈਲਬੌਰਨ ਉਹ ਅਸੀਂ ਲੈ ਕੇ ਆ ਰਹੇ ਆ 2014 ਦੇ ਸ਼ੁਰੂ ਦੇ ਵਿੱਚ ਹੀ ਰਿਲੀਜ਼ ਹੋਏਗੀ ਔਰ ਉਹਦੇ ਤੋਂ ਇਲਾਵਾ ਅਸੀਂ ਇੱਕ ਧਾਰਮਿਕ ਐਲਬਮ ਕਿਉਂਕਿ ਮੇਰੀ ਧਾਰਮਿਕ ਗੀਤਾਂ ਨੂੰ ਵੀ ਸਾਡੇ ਸਾਰੇ ਦਰਸ਼ਕ ਬਹੁਤ ਪਸੰਦ ਕਰਦੇ ਆ ਸਾਰੇ ਪੰਜਾਬੀ ਬੜੇ ਪਿਆਰ ਦੇ ਨਾਲ ਸੁਣਦੇ ਆ ਸੋ 2014 ਵਿਸਾਖੀ ਦੇ ਉੱਪਰ ਅਸੀਂ ਇੱਕ ਧਾਰਮਿਕ ਐਲਬਮ ਰਿਲੀਜ਼ ਕਰ ਰਹੇ ਆ ਔਰ ਉਹਦੇ ਤੋਂ ਇਲਾਵਾ ਇੱਕ ਦੂਸਰੇ ਗਾਣੇ ਜਿਹੜੇ ਅਸੀਂ ਸਿੰਗਲ ਇੱਕ ਦੋ ਗਾਣੇ ਰਿਲੀਜ਼ ਕਰਾਂਗੇ 2014 ਦੇ ਸ਼ੁਰੂ ਦੇ ਵਿੱਚ ਹੀ ਸੋ ਕੁਲਮਲਾ ਕੇ ਕਾਫੀ ਕੁਝ ਹੈ ਮਨ ਦੇ ਵਿੱਚ ਜਿਹੜਾ ਮੈਂ ਆਪਣੇ ਚਾਹਣ ਵਾਲਿਆਂ ਦੇ ਲਈ ਤੋਹਫਾ ਪੇਸ਼ ਕਰਾਂਗੀ ਤੇ ਹੁਣ ਤੁਹਾਡੀਆਂ ਵਿਸ਼ੇਸ ਤੁਹਾਡੇ ਫੈਨਸ ਲਈ ਸਾਡੇ ਵਿਊਅਰਸ ਲਈ ਤੇ ਇੱਕ ਮੈਸੇਜ ਵੀ ਬਣਦਾ ਭਾਜੀ ਮੇਰੀਆਂ ਇਹੀ ਦੁਆਵਾਂ ਇਹੀ ਸ਼ੋਭੇ ਸ਼ਾਮਾਂ ਸਾਰਿਆਂ ਦੇ ਲਈ ਨੇ ਕਿ ਇਸੇ ਤਰ੍ਹਾਂ ਪੰਜਾਬ ਸਾਡਾ ਹੱਸਦਾ ਵਸਦਾ ਰਹੇ ਔਰ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਕਿਉਂਕਿ ਤੰਦਰੁਸਤੀ ਬਹੁਤ ਵੱਡੀ ਚੀਜ਼ ਆ ਬੰਦੇ ਦਾ ਸਰੀਰ ਠੀਕ ਨਾ ਹੋਵੇ ਤਾਂ ਉਹਨੂੰ ਦੁਨੀਆ ਦੀ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਸੋ ਮਾਲਕ ਤੁਹਾਨੂੰ ਤੰਦਰੁਸਤ ਰੱਖੇ ਔਰ ਤੁਸੀਂ ਜੋ ਵੀ ਮਨ ਦੇ ਵਿੱਚ ਸੋਚਦੇ ਹੋ ਤੁਹਾਡੇ ਦਿਲ ਦੀਆਂ ਜੋ ਵੀ ਇੱਛਾਵਾਂ ਨੇ ਉਹਨਾਂ ਨੂੰ ਮਾਲਕ ਪੂਰੀਆਂ ਕਰੇ 2014 ਚ ਔਰ ਤੁਹਾਡੇ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ 2014 ਮੈਂ ਇਹੀ ਮੇਰੀ ਦੁਆ ਹੈ ਤੁਹਾਡੇ ਸਾਰਿਆਂ ਲਈ ਔਰ ਇਸੇ ਤਰ੍ਹਾਂ ਪੰਜਾਬੀ ਦੇ ਨਾਲ ਜੁੜੇ ਰਹੋ ਆਪਣੇ ਵਿਰਸੇ ਦੇ ਨਾਲ ਜੁੜੇ ਰਹੋ ਪੰਜਾਬੀਅਤ ਨੂੰ ਪਿਆਰ ਕਰੋ ਪੰਜਾਬੀ ਪਹਿਰਾਵੇ ਨੂੰ ਪਿਆਰ ਕਰੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਇਹੀ ਮੈਂ ਸਾਰੇ ਚਾਉਣ ਵਾਲਿਆਂ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਹੀ ਮੈਂ ਦੇਸ਼ ਵਿਦੇਸ਼ ਚ ਵੱਸਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹੋ ਸੋ ਇਹੀ ਸਭ ਤੋਂ ਵੱਡਾ ਮੈਂ ਸਮਝਦਾ ਸੁਨੇਹਾ ਵੀ ਹੈ ਔਰ ਸਾਡੀ ਪ੍ਰਾਪਤੀ ਵੀ ਇਹੀ ਹੋਏਗੀ ਜੇ ਅਸੀਂ ਆਪਣਾ ਵਿਰਸਾ ਆਪਣੀ ਬੋਲੀ ਦੇ ਨਾਲ ਜੁੜੇ ਰਵਾਂਗੇ